नग वाली देखते कि कह देंगे सूटेबल आ जा की गल आ की बात आना लै रहे बेचण नू तैयार भी नहीं गा नहीं कहिंदा उह भी लैणी मैं वापसी दे दो बरनाले चो ठीक है भाई बरनाले तो आए आ फूलीवाल बरनाला जिले उत्थों संगत आई बाई जी ह्यूमन राइट दो जे कोई नहीं कोई सुनवाई होंगी तो इन बाई जी नाल संपर्क कर सकते हो ठीक है जो कोई गलबात होंगी कोई थाने जा कि भी तो बाई जी कॉन्टैक्ट करो ठीक है जी। हाँ जी बाई नंबर की है अपना 9463-1763-7763 दूसरा नंबर साध बाबा जी साधे सारे खुश हो रहे चलाई नहीं नवा नवा साधु उठा जी साधु जी डेड़ी सूता नॉर्मली चलता ना बहुत चीजा
ਤੇ ਬਾਬਾ ਜੀ ਬੈਠਿਆ ਅਦਾ ਬਾਬਾ ਨਵਾਂ ਨਵਾਂ ਬਣਿਆ ਸਾਧੂ ਹੋਵੇ ਹੈ ਇੱਕਾ ਆ ਬੱਬੂ ਜੈ ਸ਼ਿਵ 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 ਕੋਲ ਤੂੰ ਨਾ ਸਬਦ ਸੀਨ ਹਸਪਤਾਲ ਦੀ ਵਾਸ ਸਿੱਖਾ ਵਾ ਕੇਸ਼ ਮਨੀ ਸਾਹ ਸੰਗਤ ਇੱਥੇ ਬਾਬਾ ਸਾਧੂ ਜੀ ਆਏ ਹੋਏ ਆ ਸਾਧੂ ਜੀ ਹਰਿਓਮ ਹਰਿਓਮ ਬੋਲ ਸੱਚੇ ਦਰਬਾਰ ਕੀ ਜੈ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਤੀਰਥ ਰਾਜ ਗੋਪਾਲ ਮੋਚਨ ਭਗਵਾਨ ਕੀ ਜੈ ਬਾਬਾ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਵੀ ਤੁਸੀਂ ਕਿੰਨੇ ਕੁ ਸਾਲ ਤੋਂ ਇੱਥੇ ਇਸ ਧਾਮ ਤੇ ਆ ਰਹੇ ਹੋ ਅਸੀਂ ਗੋਪਾਲ ਮੋਚਨ ਜੋ ਤੀਰਥ ਹੈ ਭਾਈ ਇਹਦੇ ਤੇ ਤਕਰੀਬਨ 45 ਸਾਲ ਤੋਂ ਆ ਰਹੇ ਹਾਂ ਪਹਿਲਾਂ ਸਾਡੇ ਗੁਰੂ ਜੀ ਆਉਂਦੇ ਸੀਗੇ ਹੁਣ 25 ਸਾਲ ਤੋਂ ਤਕਰੀਬਨ ਅਸੀਂ ਵੀ ਆ ਰਹੇ ਹਾਂ ਠੀਕ ਹੈ ਬਾਬਾ ਜੀ ਮਤਲਬ ਕਿ ਉਦੋਂ ਤੋਂ 45 ਸਾਲ ਪਹਿਲਾਂ ਦੇ ਤੇ ਹੁਣ ਦੇ ਵਿੱਚ ਕੀ ਫਰਕ ਲੱਗ ਰਿਹਾ ਤੁਹਾਨੂੰ ਪਹਿਲਾਂ ਰਸਤੇ ਕੱਚੇ ਹੁੰਦੇ ਸੀ ਅੰਦਰ ਅੰਦਰ ਜਗ੍ਹਾ ਹੁੰਦੀ ਸੀ ਆਸ਼ਰਮ ਦੇ ਉੱਥੇ ਧੱਕਾ ਪੈਂਦਾ ਰਹਿੰਦਾ ਸੀ ਮਹਾਤਮਾ ਦੇ ਧੂਣੇ ਵਗੈਰਾ ਵੀ ਉੱਥੇ ਲੱਗਦੇ ਸੀ ਤੇ ਹੁਣ ਜਗ੍ਹਾ ਗੌਰਮੈਂਟ ਨੇ ਆਪਣੇ ਕਵਰ ਕਰ ਲਈ ਪਹਿਲਾਂ ਪ੍ਰਾਈਵੇਟ ਮਹਾਤਮਾ ਮਹੰਤ ਲੋਕ ਸੀਗੇ ਔਰ ਪੰਡਿਤ ਲੋਕ ਸੀ ਉਹਨਾਂ ਦੀਆਂ ਕਮੇਟੀਆਂ ਬਣੀਆਂ ਸੀ ਹੁਣ ਇਹਨਾਂ ਨੇ ਆਪਣਾ ਟਰੱਸਟ ਬਣਾ ਲਿਆ ਗੌਰਮੈਂਟ ਨੇ ਤੇ ਉਹਦੇ ਕਰਕੇ ਹੁਣ ਉਹਨਾਂ ਨੇ ਥੋੜ੍ਹੀ ਜਿਹੀ ਆਪਣੇ ਹਿਸਾਬ ਨਾਲ ਸੁਵਿਧਾ ਬਾਹਰਲੇ ਪਾਸੇ ਖੇਤਾਂ ਠੇਕੇ 'ਤੇ ਲੈ ਕੇ ਲੰਗਰ ਲਾਉਣ ਵਾਸਤੇ ਵੀ ਪਬਲਿਕ ਕੋਲ ਮਸ਼ੀਨਰੀ ਜ਼ਿਆਦਾ ਹੋ ਗਈ ਉਹਦੇ ਸਾਧਨ ਨਾਲ ਵੀ ਉਹ ਬਾਹਰਲੀ ਜਗ੍ਹਾ ਨਾਲ ਹੀ ਸਰਦਾ ਜਿਹੜਾ ਜ਼ਿਮੀਂਦਾਰਾਂ ਤੋਂ ਠੇਕੇ 'ਤੇ ਲੈ ਕੇ ਗੌਰਮੈਂਟ ਪ੍ਰਸ਼ਾਸਨ ਵੱਲੋਂ ਕਲੀਅਰ ਕੀਤਾ ਜਾਂਦਾ ਵਧੀਆ ਮੇਲਾ ਵਧੀਆ ਨਿਭਾਇਆ ਜਾਂਦਾ ਤੇ ਇੱਥੇ ਰਿਣ ਮੋਚਨ ਵੀ ਹੈ ਗੋਪਾਲ ਮੋਚਨ ਦੇ ਨਾਲ ਰਿਣ ਮੋਚਨ ਭਗਵਾਨ ਹੈ ਤੀਰਥ ਹੈ ਉਹਦੇ ਨਾਲੇ ਸੂਰਜ ਕੁੰਡ ਹੈ ਸੂਰਜ ਕੁੰਡ ਦੇ ਬਾਬਾ ਉਦਾਸੀਨ ਸੰਪਰਦਾਇ ਦੇ ਸਾਧੂ ਹੋਏ ਨੇ ਬਾਬਾ ਦੁੱਧਾਧਾਰੀ ਬ੍ਰਹਮਦਾਸ ਜੀ ਉਹਨਾਂ ਨੇ ਤਪੱਸਿਆ ਕਰੀ ਜਿਹੜੀ ਵੱਡੀ ਸਮਾਧੀ ਹੈ ਉਹਨਾਂ ਦੇ ਨਾਂ ਦੀ ਹੈ ਬਾਬਾ ਬ੍ਰਹਮਦਾਸ ਜੀਆਂ ਦੀ ਉਦਾਸੀਨ ਸੰਪਰਦਾਇ ਦੇ ਸਾਧੂ ਤਕਰੀਬਨ ਜ਼ਿਆਦਾ ਆਉਂਦੇ ਨੇ ਅਸੀਂ ਲੋਕ ਵੀ ਬਰਨਾਲਾ ਪਿੰਡ ਸੇਖਾ ਪੰਜਾਬ ਤੋਂ ਆਉਂਦੇ ਜਦ ਤੋਂ ਹੀ ਲੰਗਰ ਲੱਗ ਰਹੇ ਨੇ ਤੇ ਉਦੋਂ ਬਾਅਦ ਸਰੋਵਰਾਂ ਦੀ ਸੇਵਾ ਸੰਭਾਲ ਪਹਿਲਾਂ ਕੱਚੇ ਹੁੰਦੇ ਸੀ ਹੁਣ ਪੱਕੇ ਵੀ ਹੋ ਗਏ ਸਰੋਵਰ ਵੀ ਪੱਕੇ ਹੋ ਗਏ ਵਧੀਆ ਸਰੋਵਰ ਬਣ ਗਏ ਲੋਕਾਂ ਨੂੰ ਵਧੀਆ ਸੁਵਿਧਾ ਦੇ ਰਹੀ ਹੈ ਗੌਰਮੈਂਟ ਵਧੀਆ ਆਵਾਜਾਵੀ ਵਧੀਆ ਸਾਰੇ ਤਕਰੀਬਨ ਜ਼ਿਆਦਾਤਰ ਪੰਜਾਬ ਦੇ ਸ਼ਰਧਾਲੂ ਲੋਕ ਜ਼ਿਆਦਾ ਹੁੰਦੇ ਨੇ ਜਿਹੜਾ ਕਿ ਚੌਥਾ ਸਰੋਵਰ ਵੀ ਜੋ ਹੈ ਗੁਰੂ ਨਾਨਕ ਦੇਵ ਜੀਆਂ ਦਾ ਜੋ ਗੁਰਦੁਆਰਾ ਸਾਹਿਬ ਦਾ ਹੈ ਉੱਥੇ ਵੀ ਪਬਲਿਕ ਦਾ ਬਹੁਤ ਆਵਾਜਾਵੀ ਕਰਕੇ ਜ਼ਿਆਦਾਤਰ ਪੂਰਨਮਾਸੀ ਕੱਲ੍ਹ ਦੁਪਹਿਰ ਤੱਕ ਦਾ ਪੰਜਾਬੀਆਂ ਦਾ ਹੀ ਮੇਲਾ ਹੈ ਬਹੁਤ ਮੁੱਲੀ ਜਾਣਕਾਰੀ ਦੇਣ ਲਈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਤਾ ਜੀ ਇਹ ਕਿਉਂ ਚੜਾ ਰਹੇ ਹੋ ਕੀ ਗੱਲ ਹੈ ਪਹਿਲਾਂ ਤਰੀਕ ਚੱਲੀ ਜਾਂਦੀ ਜੀ ਪਹਿਲਾਂ ਤਰੀਕ ਚੱਲੀ ਜਾਂਦੀ ਲਾਉਣੇ ਆ ਜਿਹੜੀ ਸੁੱਖ ਦੇ ਹਰ ਇੱਕ ਸੁੱਖ ਪੂਰੀ ਹੁੰਦੀ ਆ ਉਹ ਸੁੱਖ ਪੂਰੀ ਕਰਨ ਦੇ ਵਾਸਤੇ ਆਪਾਂ ਗਊ ਨੂੰ ਢੱਕਦੇ ਆ ਇਹ ਪਹਿਲਾਂ ਤਾਂ ਪਰੰਪਰਾ ਚੱਲੀ ਆਉਂਦੀ ਆ ਰੀਤ ਚੱਲੀ ਆ ਠੀਕ ਹੈ ਹਾਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਉਹ ਸੁੱਖ ਆਪਾਂ ਦੇ ਕੇ ਜਾਈਏ ਧੰਨਵਾਦ ਇਹ ਜੋ ਤੁਸੀਂ ਸਮੋਕ ਦੇਖ ਰਹੇ ਹੋ ਇਹ ਮਤਲਬ ਕਿ ਬਿਮਾਰੀ ਫੈਲਣ ਤੋਂ ਹਰਿਆਣਾ ਸਰਕਾਰ ਦੁਆਰਾ ਕੀਤਾ ਜਾਂਦਾ ਹਰ ਸਾਲ ਇਹ ਧੂੰਏ ਦੇ ਨਾਲ ਕੀ ਬਿਮਾਰੀ ਨਾਲ ਫੈਲੇ ਕੋਈ ਜਿਵੇਂ ਕਿ ਪਿਛਲੇ ਸਾਲ ਦੇ ਆਪਾਂ ਦੇਖਿਆ ਵੀ ਕਰੋਨਾ ਵਗੈਰਾ ਬਿਮਾਰੀਆਂ ਆਉਂਦੀਆਂ ਉਹਨਾਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਇਹ ਹਰਿਆਣਾ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮੇਵਾ ਲੈਣ ਲੱਗਿਆ ਹੋਇਆ ਮੇਵੇ ਦੀਆਂ ਦੁਕਾਨਾਂ ਕਾਫੀ ਲੱਗੀਆਂ ਹੋਇਆ ਨੇ ਤੇ ਬਈ ਵੀ ਆ ਕਨੇਡਾ 200 ਰੁਪਏ ਕਿਲੋ
आप ही है। 100 रुपए ला ला, हां 100 रुपए भाई मोली नहीं आंदी है, क्या डाक है तुम्हारा? कोई भी 160 180 रुपए है। तो हम जब मैं कहा सोना थोड़ो आए फिर सोना मैं नहीं कह रहा, फिर प्रदर्शनी के आए साल इतने प्रदर्शन लगती है, पैसे ट्रेड तो एंटर हो गए थे, वक्त वक्त दुकाना लगिया होगा ते सुखजीत सिंह ओरी पूरी जानकारी लवेंगे की आइटम है। देखो प्रदर्शन वेस्ट मटीरियल तो तैयार किया हुआ है, शायद वेस्ट मटीरियल तो कुछ ना कुछ तैयार निकले जिन्हें भी थोड़े कागज पत्र ਲੇਕੋ ਤੇ ਬਹੁਤ ਮੁੱਚ ਨਾ ਹਾਰਦਿਕ ਸਵਾਗਤ ਕਰਦਾ ਗੋਲੀ ਵਗੈਰਾ ਇਹ ਮੱਛੀ ਹੁੰਦੀ ਹੈ ਗੁਸੁੰਬੀਆਂ ਮੱਛੀ ਹੁੰਦੀ ਹੈ ਅੱਛਾ ਅੱਛਾ ਪੁੱਛੋ ਕੀ ਚੀਜ਼ ਆ ਜੀ ਇਹਦੇ ਬਾਰੇ ਕੀ ਸਿਸਟਮ ਹੈ ਇਹ ਨਾ ਮੱਛੀ ਮੱਛੀ ਹੁੰਦੀ ਹੈ ਜਿਹੜੀ ਮੱਛੀ ਨੂੰ ਪਕੜਦੀ ਹੈ ਜੀ ਜੇ ਤਲਾਬ ਤੋਂ ਲੁਭਾਉਂਦੇ ਨੇ ਤਲਾਬਾ ਛੱਡ ਦਿੰਦੇ ਹਨ ਜੀ ਤੇ ਮੱਛਰ ਫਿਰ ਜਿੱਥੇ ਜ਼ਿਆਦਾ ਮੱਛਰ ਹੁੰਦਾ ਹੈ ਉੱਥੇ ਮੱਛਰ ਘੱਟ ਕਰਨ ਵਾਸਤੇ ਮੱਛੀ ਨੂੰ ਰੱਖ ਦਿੰਦਾ ਮਤਲਬ ਖਾਣ ਯੋਗ ਤਾਂ ਨਹੀਂ ਹੈ ਮੱਛੀ ਨਹੀਂ ਖਾਣੀ ਹੋਣੀ ਮੱਛਰ ਖਾਦੀ ਸਿਰਫ ਅੱਛਾ ਛੋਟੀ ਮੱਛਰ ਨੂੰ ਆ ਮੱਛਰ ਨੂੰ ਕੰਮ ਕਰਨ ਵਾਸਤੇ ਅੱਛਾ ਅੱਛਾ ਜੀ सोलर वाटर फिल्टर सिस्टम है, सोलर सिस्टम का सारा प्रोजेक्ट है ते आप इन्हों तो जानकारी लवेंगे। ये हरियाणा गवर्नमेंट कन्नी प्रदर्शनी लाई गई है, इधर वोल्टेज का पैनल आ जी तो आप पूछेंगे कंपनी पूछेंगे तो किन्ने किलोवाट के किन्ने लाए जाते हैं। ये सोलर पावर प्लांट है, ये 3 HP की मोटर है, ये सोलर ना डायरेक्ट चल रही है, इसमें 9 पैनल लगूंगे। सरकार हरियाणा के 75% सब्सिडी देती है, पंजाब में नहीं है। ये सेटअप सारा 3 HP का पड़ता है हमको 1,80,000 का, सरकार इस पे भारी छूट दे रही है। ये पड़ रहा है हमको सिर्फ ओनली 46,000 का। अच्छा बच्चा सब्सिडी सरकार दे रही है कुछ? हाँ जी 75% सब्सिडी। हाँ जी घर देखो ऑन ग्रेड आंदा एक प्रोजेक्ट, एक ऑफ ग्रेड आंदा। ऑन ग्रेड आंदा पावर हाउस नाल, ठीक है। ऑफ ग्रेड होता है बैटरी वाला, हाँ जी। उसमें 3 HP का प्रोजेक्ट पड़ता है 3,80,000 का, ठीक है। हाँ जी, तो उसमें 3 किलोवाट दो, 3 किलोवाट। हाँ जी, उसी बच्चे भी फिर सब्सिडी होगी? सब्सिडी नहीं है उस पे, सब्सिडी नहीं है। करा वाला होगा उसमें सब्सिडी? नहीं नहीं सब्सिडी नहीं है, वो प्राइवेट लगूगा। जो प्राइवेट लगूगा, ये किसी कंपनी है? इसमें कंपनी आती है शक्ति टाटा AVI। हाँ जी, उसके ऊपर ये ऑनलाइन होगा सारा प्रोजेक्ट। उसके बाद ये हरेडा की वेबसाइट है, इसके ऊपर सारा प्रोजेक्ट ऑनलाइन होगा। इसमें डॉक्यूमेंट दिए हैं, फर्द, आधार कार्ड, फैमिली ID। हाँ जी, हनी दा
ये हरियाणा सरकार का इफ्लुएंट ट्रीटमेंट प्लांट है जो पानी को शोध कर जैसे वो दरख्तों पे देते हैं या किसी भी और प्लांटेशन को देते हैं। ये जमुना नगर पोल्यूशन कंट्रोल बोर्ड से की तरफ से आए हुए हैं भाई साहब। काफी जम के की प्रदर्शनी लगी हुई जमुना नगर की तरफ से। ये हरियाणा रोडवेज है बहुत साल की इतनी लगी हुई है तो ये असं अंबाला तो इतने आए थे फरीदकोट बच्चों ने एक ना प्रोजेक्ट तैयार किया कि भी आप पानी की बचत किमें कर सकते हैं। देखो कलैक्शन टैंक उपर बनाया है छत पर तो उस बाद फिल्टर लाते फिल्टर तो बाद शोध के घर पीन योग पानी घाट न जिमें नहीं जगह पर होंगी तो वो इस तरीके आप कर सकते हैं वाटर टैंक फिल्टर फिर सैंड फिल्टर तो उस बाद पीन योग करके पी सकते हो या कपड़े धोन लिया प्लांटेशन अज रात प्रदर्शनी का कोई भी प्रोग्राम करे तो देखते जो रात में टाइम लगे तो जरूर उत्थे विजिट करेंगे ताकि देखा जा सके तो ये की गलबात है तो उन्होंने भी हरियाणा ट्रांसपोर्ट उपर खड़ी है मॉडल तैयार चुके हुए हैं। चलो जी तुम चल गए प्रदर्शनी काफ़ी वीडियो लंबी होगी हरियाणा अगली वीडियो।